अज पिंड नकौड़े दे विच दो मुंडे फड़े आ घग्गर नदी दे विच टीके लाउण दे सी ते पिंड दा बहुत बुरा हाल होया। चिट्टे दे टीके लगदे खुले आम छरे आम ना कोई प्रशासन वालों कारवाई की जाती ना कोई ध्यान दिता जाता। सरकार उवें ते देंदी है भी आपां देश मुक्त चिट्टे तो देश मुक्त नशे तो देश मुक्त बनाउणा। अज वेख लो दो नौजवान है इन्हां दी उम्र एक दी 20 साल है ते एक दी 18 साल है। अजे विआह किसे दा नहीं एक दा होया ते उहदा वी डिस्प्यूट हो गया। वेखो की हाल आ सरकार अगे मंग करदे आ ਕੀ ਆ ਸਾਡੇ ਪਿੰਡ ਦਾ ਆਲਿਆ ਸਾਰੇ ਖੁੱਲਾ ਚਿੱਟਾ ਵੇਖਦਾ ਕੋਈ ਪ੍ਰਸ਼ਾਸਨ ਦੀ ਕੋਈ ਕਾਰਵਾਈ ਨਹੀਂ ਹੋਣ ਦੀ ਕੋਈ ਧਿਆਨ ਨਹੀਂ ਦੇ ਰਹੇ ਤੇ ਖੱਟਰ ਸਾਹਿਬ ਦਾ ਵੀ ਬਿਆਨ ਆਇਆ ਸੀਗਾ ਵੀ 21 ਸਾਲਾਂ ਤੋਂ ਉੱਤੇ ਦਾਰੂ ਪੀ ਸਕਦੇ ਆ। ਕੀ ਗੱਲ 21 ਸਾਲਾਂ ਤੋਂ ਬਾਅਦ ਕੀ ਗੱਲ ਬੰਦੇ ਦੀ ਉਮਰ ਖਤਮ ਹੋ ਗਈ ਤੇ ਇਸ ਕਰਕੇ ਅਸੀਂ ਖੱਟਰ ਸਾਹਿਬ ਅੱਗੇ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਜਿਹੜੇ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਦੇ ਵਿਚਾਰਿਆਂ ਦੇ ਰੋਟੀ ਨਹੀਂ ਪੱਕਦੀ ਬੀਬੀਆਂ ਵੀ ਆਈਆਂ ਹੋਈਆਂ ਇਹਨਾਂ ਦਾ ਕਿੱਥੋਂ ਮਸਲਾ ਹੱਲ ਕੌਣ ਰੋਟੀ ਕੌਣ ਖਾਊਗਾ ਇਹਨਾਂ ਨੂੰ। ਉਹ ਵਿਚਾਰੇ ਜਿੰਨੀਆਂ ਕਮਾ ਕੇ ਲਿਆਉਂਦੀਆਂ ਤੇ ਉਹ ਚੁੱਕ ਕੇ ਸਮਾਨ ਤੇ ਆਪਣਾ ਨਸ਼ਾ ਲਾਉਣ ਲੱਗ ਪੈਂਦੇ ਆ। ਉਹ ਕੋਈ ਆਂਦਾ ਅੰਮ੍ਰਿਤਸਰ ਵੇਖਦਾ ਕੋਈ ਆਂਦਾ ਸੰਤ ਨਗਰ ਵੇਖਦਾ ਕੋਈ ਨਕੋੜੇ ਵੇਖਦਾ ਸਰਕਾਰ ਕਿੱਥੇ ਆ ਸੁੱਤੀ ਪਈ ਹੈ ਤੇ ਇਸ ਕਰਕੇ ਅਸੀਂ ਹੱਥ ਜੋੜਦੇ ਸਰਕਾਰ ਅੱਗੇ ਵੀ ਇਸ ਚੀਜ਼ ਤੇ ਧਿਆਨ ਦਿੱਤਾ ਜਾਵੇ। ਬਾਕੀ ਮੈਂ ਤੇ ਇਹ ਹੀ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਅਸੀਂ 112 ਤੇ ਵੀ ਕਾਲ ਕੀਤੀ ਆ ਉਹ ਵੀ ਆ ਰਹੇ ਆ ਤੇ ਆਪਣਾ ਐਸ ਪੀ ਦਫ਼ਤਰ ਵੀ ਸਾਡੀ ਗੱਲ ਹੋਈ ਆ ਨਾਰਕੋਟੀ ਸੈੱਲ ਨਾਲ ਵੀ ਸਾਡੀ ਗੱਲ ਹੋਈ ਆ। ਉਹ ਕਹਿੰਦੇ ਆ ਵੀ ਅਸੀਂ ਕਾਰਵਾਈ ਕਰਾਂਗੇ ਕੀ ਕਾਰਵਾਈ ਕਰਦੇ ਆ ਉਹ ਵੀ ਅਸੀਂ ਪੂਰੀ ਧਿਆਨ ਚ ਰੱਖਣੀ ਆ। ਇਹ ਨਹੀਂ ਵੀ ਇਹਨਾਂ ਨੂੰ ਅੱਜ ਫੜ ਕੇ ਤੇ ਸਵੇਰੇ ਛੱਡ ਦਿੱਤਾ ਜਾਵੇ ਜਾਂ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਪੁਲਿਸ ਅਧਿਕਾਰੀਆਂ ਦਾ ਜਿਹੜਾ ਆ ਕਮਿਸ਼ਨ ਚੱਲ ਰਿਹਾ ਵਾ ਇਹ ਸਾਰਾ ਜਿਹੜਾ ਸਿਸਟਮ ਆ ਕਰਪਟ ਹੋਇਆ ਪਿਆ ਵਾ। ਇਸ ਚੀਜ਼ ਦਾ ਜਿਹੜਾ ਆ ਨਾ ਸਾਨੂੰ ਹੱਲ ਚਾਹੀਦਾ ਸਾਨੂੰ ਛੁਟਕਾਰਾ ਚਾਹੀਦਾ। ਆ ਬੀਬੀਆਂ ਨੂੰ ਅਸੀਂ ਕਵਾਂਗੇ ਜਿਹੜੀਆਂ ਇਹਨਾਂ ਦੀਆਂ ਮਾਤਾ ਨੇ ਜਿਹੜੇ ਆ ਮੁੰਡੇ ਫੜਿਆ ਉਹ ਥੋੜਾ ਜਿਹਾ ਗੱਲ ਕਰਨ ਦੱਸੋ ਘਰ ਦੇ ਕੀ ਹਾਲਾਤ ਨੇ ਕੀ ਕੁਝ ਬਣ ਰਿਹਾ। ਘਰ ਦੇ ਹਾਲਾਤ ਤੇ ਮਾੜੇ ਹੀ ਆ ਨਸ਼ੇ ਲੱਗੇ ਪਏ ਆ ਤੇ ਰੋਟੀ ਦਾ ਤੰਗ ਆਈ ਤਾਂ ਕਿੱਥੇ ਪੂਰੀ ਪੈਂਦੀ ਆ ਸਾਡੀ ਪਾਲ ਕੇ ਇਹਨਾਂ ਦਾੜੀ ਆ ਰਿਹਾ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਜਿਹੜਾ ਆ ਉਹ ਕਾਰਵਾਈ ਕੀਤੀ ਜਾਵੇ ਤੇ ਨਸ਼ਾ ਛੁਡਾਇਆ ਜਾਵੇ ਛੁਡਾਇਆ ਜਾਵੇ ਨਸ਼ਾ ਕਾਰਵਾਈ ਕਰ ਦੋ ਜੋ ਅਸੀਂ ਹਰ ਪੱਖੋਂ ਸਾਥ ਦੇਣ ਨੂੰ ਤਿਆਰ ਆ ਤੇ ਆਪਣਾ ਮੰਨ ਲਓ ਸਰਕਾਰ ਜਿਵੇਂ ਕਹੇਗੀ ਅਸੀਂ ਨਾਲ ਤੁਰਨ ਨੂੰ ਤਿਆਰ ਆ ਪਰ ਅਸੀਂ ਕਾਰਵਾਈ ਪੂਰੀ ਕਰਵਾਉਣੀ ਹੈ। ਅਸੀਂ ਨਕੌੜਾ ਵਾਸੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅੱਜ ਤੋਂ 5-7 ਦਿਨ ਪਹਿਲਾਂ ਵੀ ਸਾਡਾ ਇੱਕ ਜਿਹੜਾ ਛੋਟਾ ਬੱਚਾ ਜਿਹਦੀ ਉਮਰ 18 ਸਾਲ ਸੀ ਨਸ਼ੇ ਦੀ ਜ਼ਿਆਦਾ ਡੋਜ ਲੈਣ ਕਰਕੇ ਉਹ ਬੱਚਾ ਮਰ ਗਿਆ। ਗਰੀਬ ਪਰਿਵਾਰ ਵਿਚਾਰਾ ਉਹਨਾਂ ਦੱਸੋ ਜਿਹੜਾ ਬੱਚਾ ਗਿਆ ਉਹਦਾ ਕੀ ਇਲਾਜ ਚੱਲਦੇ। ਦੂਜੇ ਸਾਰਾ ਜਿਹੜਾ ਪਿੰਡ ਹੈ ਉਹ ਨਸ਼ੇ ਦੀ ਗ੍ਰਿਫਤ ਚ ਹੈ ਸਾਡੇ ਨਕੌੜੇ ਦੇ ਨਾਲ ਗਰੀਬ ਜਿਹੜਾ ਪਰਿਵਾਰਾਂ ਨੂੰ ਛੱਡ ਕੇ ਰਹਿੰਦੇ ਆ। ਲਗਭਗ ਇੱਕ ਘਰ ਇੱਥੇ ਸਾਡੇ ਮੈਂ ਦੱਸਣਾ ਤੇ ਨਾ ਚਾਹੁੰਦਾ ਇੱਕ ਘਰ ਐਵੇਂ ਦਾ ਉਹਦੇ ਉੱਥੇ 4 ਪ੍ਰਕਾਰ ਦੇ ਨਸ਼ੇ ਮਿਲ ਸਕਦੇ ਆ ਇੱਕ ਘਰ ਦੇ ਵਿੱਚ ਹੀ ਤੇ ਸਾਰੇ ਬਰਬਾਦੀ ਕਰਤੀ ਸਾਡੇ ਘਰ ਦੀ ਸਾਡੇ ਆਪਣੇ ਗਰੀਬ ਪਰਿਵਾਰਾਂ ਦੀ ਜਿਹੜੇ ਪਹਿਲਾਂ ਸਾਡੇ ਹੱਥ ਦੇ ਖੇਡਦੇ ਪਰਿਵਾਰ ਸਾਡੇ ਜੱਟ ਸਿੱਖ ਪਰਿਵਾਰ ਦੇ ਜਿਹੜੇ ਗਰੀਬ ਜਨਤਾ ਦੇ ਪਰਿਵਾਰ ਸੀ ਉਹ ਬੜੇ ਮਿਲ ਕੇ ਰਹਿ ਹੁੰਦੇ ਸੀ ਪਰ ਨਸ਼ੇ ਨੇ ਸਾਡੇ ਜਿਹੜੇ ਪਰਿਵਾਰਾਂ ਦੇ ਸੰਬੰਧ ਤੋੜਤੇ ਆ ਤੇ ਸਰਕਾਰ ਜਿਹੜੀ ਇਹਦੇ ਵੱਲ ਧਿਆਨ ਦੇਵੇ ਜਿੰਨੀ ਵੀ ਜਲਦੀ ਹੋ ਸਕਦਾ ਪਿੰਡਾਂ ਦੇ ਵਿੱਚ ਨਸ਼ਾ ਖਤਮ ਕਰਨ ਗਰੀਬ ਜਨਤਾ ਖਾਸ ਕਰਕੇ ਸਾਡੇ ਪਾਸੇ ਦੇ ਜਿਹੜੇ ਪਿੰਡ ਦੇ ਵਿੱਚ ਜੱਟ ਸਿੱਖ ਪਰ ਉਹਨਾਂ ਚ ਵੀ ਨਸ਼ਾ ਕਾਫੀ ਵਿੱਚ ਹੈ ਲਿਪਤ ਲੋਕ ਪਰੰਤੂ ਤੁਰੰਤ ਕਾਰਵਾਈ ਕਰਦੇ ਸਾਡੀ ਗਰੀਬ ਜਨਤਾ ਨੂੰ ਤੋਂ ਛੁਟਕਾਰਾ ਦਵਾਇਆ ਜਾਏ ਜਿਹੜੇ ਦੋਸ਼ੀ ਹੈ ਉਹਨਾਂ ਦੇ ਸਖ਼ਤ ਕਾਰਵਾਈ ਕੀਤੀ ਜਾਵੇ। ਕਿਆ ਸਾਡੇ ਦੋ ਬੱਚੇ ਅੱਜ ਫੇਰ ਕਾਬੂ ਆ ਗਏ ਤੇ ਇਹਦੇ ਵਾਸਤੇ ਜਿਹੜਾ ਸਰਕਾਰ ਕੋਈ ਤੁਰੰਤ ਕਾਰਵਾਈ ਜਿਹੜਾ ਜੂਦਾ ਫੜੀ ਬਰਾਮਦ ਹੋਈ ਹੈ ਜੀ ਦੋ ਸੀ ਇੱਕ ਪਰੇ ਸੁੱਟਤੀ ਇਹਨਾਂ ਨੇ ਇੱਕ ਆ ਸੀ ਜਿਹੜੇ ਬੱਚਿਆਂ ਨੂੰ ਸਾਨੂੰ ਜਾਣਕਾਰੀ ਮਿਲੀ ਹੈ ਅੰਮ੍ਰਿਤਸਰ ਦੇ ਉੱਥੇ ਕੋਈ ਮੈਡੀਕਲ ਸਟੋਰ ਹੈ ਤੇ ਨਾਲ ਉਹਦਾ ਘਰ ਵੀ ਹੈ ਸਾਰਾ ਨਸ਼ਾ ਜਿਹੜਾ ਖਾਸ ਕਰਕੇ ਉਥੋਂ ਅੰਮ੍ਰਿਤਸਰ ਤੋਂ ਸਪਲਾਈ ਹੋ ਰਿਹਾ ਤੇ ਜਿਹੜੀ ਉਹ ਅੰਮ੍ਰਿਤਸਰ ਮੈਡੀਕਲ ਸਟੋਰ ਹੈ ਉਹਤੇ ਤੁਰੰਤ ਕਾਰਵਾਈ ਕਰਕੇ ਤੇ ਉਹਨੂੰ ਜਿਹੜਾ ਸਲਾਖਾਂ ਦੇ ਪਿੱਛੇ ਧੱਕਿਆ ਜਾਵੇ ਜਿਹੜੇ ਵੀ ਨਸ਼ਾ ਦੇ ਵਪਾਰੀ ਸੌਦਾਗਰ ਹੈ ਉਹਨਾਂ ਦੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹ ਮੰਨ ਲਓ ਉਹਨਾਂ ਦੀ ਸਪੋਰਟ ਕਰਦੇ ਆ ਤੇ ਉਹ ਬਚ ਜਾਂਦੇ।